ਕੋਰੋਨਾ ਵਾਇਰਸ ਨਾਲ ਟਾਕਰੇ ਲਈ ਪੂਰੇ ਸ਼ਹਿਰ ਨੂੰ ਸੈਨੀਟਾਈਜ਼ ਕਰੇਗਾ ਮੋਹਾਲੀ ਨਗਰ ਨਿਗਮ। ਬੇਘਰ ਲੋਕਾਂ ਦੇ ਖਾਣੇ ਦਾ ਇੰਤਜ਼ਾਮ ਕਰੇਗਾ ਨਿਗਮ। ਸੈਨੀਟਾਈਜੇਸ਼ਨ, ਲੰਗਰ ਅਤੇ ਫੋਗਿੰਗ ਲਈ 35 ਲੱਖ ਰੁਪਏ ਹੋਣਗੇ ਖਰਚ। ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ 'ਤੇ ਕਾਬੂ ਕਰਨ ਲਈ ਨਗਰ ਨਿਗਮ ਵੱਲੋਂ ਮੋਹਾਲੀ ਸ਼ਹਿਰ ਅਤੇ ਇਸਦੇ ਆਸ ਪਾਸ ਦੀਆਂ ਸਾਰੀਆਂ ਕਲੋਨੀਆਂ ਨੂੰ ਸੈਨੀਟਾਈਜ਼ ਕਰਵਾਇਆ ਜਾਵੇਗਾ ਅਤੇ ਬੇਘਰ ਗਰੀਬ ਲੋਕਾਂ ਦੇ ਖਾਣੇ ਦਾ ਪ੍ਰਬੰਧ ਕਰਨ ਲਈ ਸ਼ਹਿਰ ਦੇ 4-5 ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਉੱਥੇ ਗਰੀਬਾਂ ਦੇ ਲੰਗਰ ਲਈ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਸੰਬੰਧੀ ਫੈਸਲਾ ਨਗਰ ਨਿਗਮ ਦੇ ਮੇਅਰ ਸਰਦਾਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਨਿਗਮ ਦੀ 20-ਤੱਤੀ ਠੇਕਾ ਕਮੇਟੀ ਦੀ ਹੰਗਾਮੀ ਮੀਟਿੰਗ ਦੌਰਾਨ ਕੀਤਾ ਗਿਆ ਹੈ। ਨਿਗਮ ਦੇ ਮੇਅਰ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਕੋਰੋਨਾ ਵਾਇਰਸ ਦੇ ਖਾਤਮੇ ਲਈ ਕੈਮੀਕਲ, ਦਵਾਈਆਂ, ਮਾਸਕ, ਸੈਨੇਟਾਈਜ਼ਰ ਆਦਿ ਖਰੀਦਣ ਲਈ 15 ਲੱਖ ਰੁਪਏ ਪਾਸ ਕੀਤੇ ਗਏ ਹਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੋਹਾਲੀ ਸ਼ਹਿਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇ ਅਤੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਅਤੇ ਕਲੋਨੀਆਂ ਵਿੱਚ ਵੀ ਇਸਦਾ ਸਪਰੇਅ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸੈਨੇਟਾਈਜ਼ਰ ਦਾ ਸਪਰੇਅ ਕਰਨ ਲਈ ਮੈਨੂਅਲ ਦੇ ਨਾਲ ਨਾਲ ਮਕੈਨੀਕਲ ਮਸ਼ੀਨਾਂ, ਸਫਾਈ ਮਸ਼ੀਨ ਅਤੇ ਫਾਇਰ ਟੈਂਡਰਾਂ ਦੀ ਵੀ ਮਦਦ ਲਈ ਜਾਵੇ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਸ਼ਹਿਰ ਨੂੰ ਸੈਨੇਟਾਈਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਆਪਣੇ ਤੌਰ 'ਤੇ ਜ਼ਰੂਰਤਮੰਦਾਂ ਅਤੇ ਬੇਘਰੇ ਲੋਕਾਂ ਨੂੰ ਖਾਣਾ ਦੇਣ ਲਈ ਵੀ 15 ਲੱਖ ਰੁਪਏ ਪਾਸ ਕੀਤੇ ਗਏ ਹਨ ਜਿਸ ਦੇ ਤਹਿਤ ਸ਼ਹਿਰ ਦੇ ਵੱਖ ਵੱਖ ਏਰੀਏ ਦੇ 4-5 ਗੁਰਦੁਆਰਿਆਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਨਗਰ ਨਿਗਮ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋੜਵੰਦ ਵਿਅਕਤੀ ਸੰਬੰਧਿਤ ਗੁਰਦੁਆਰਿਆਂ ਵਿੱਚ ਜਾ ਕੇ ਖਾਣਾ ਖਾ ਸਕਣਗੇ। ਮੀਟਿੰਗ ਦੌਰਾਨ ਸ਼ਹਿਰ ਵਿੱਚ ਫੋਗਿੰਗ ਕਰਨ ਲਈ ਵੀ 5 ਲੱਖ ਰੁਪਏ ਪਾਸ ਕੀਤੇ ਗਏ ਹਨ ਅਤੇ ਇਸ ਵਾਸਤੇ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਕਮਲ ਕੁਮਾਰ ਗਰਗ ਨੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਹੀ ਪੈਣੇ ਹਨ। ਅੱਜ ਸਾਡੀ ਕਾਰਪੋਰੇਸ਼ਨ ਦੀ ਮੀਟਿੰਗ ਹੋਈ ਸੀ, ਕਾਰਪੋਰੇਸ਼ਨ ਦੀ FNCC ਕਮੇਟੀ ਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਜੋ ਮੌਜੂਦਾ ਹਾਲਾਤ ਨੇਗੇ ਕੋਰੋਨਾ ਵਾਇਰਸ ਕਰਕੇ ਅਤੇ ਉਹਦਾ ਰਿਵਿਊ ਕੀਤਾ ਗਿਆ ਅਤੇ ਨਾਲ ਹੀ ਜੋ ਕਾਰਪੋਰੇਸ਼ਨ ਵੱਲੋਂ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਉਹਦਾ ਰਿਵਿਊ ਕੀਤਾ ਗਿਆ। ਅਵੇਅਰਨੈਸ ਵਾਲਾ ਪਾਰਟ ਜਿਹੜਾ ਹੈਗਾ ਅਸੀਂ ਆਲਰੇਡੀ ਸਾਰੇ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਕਰ ਚੁੱਕੇ ਹਾਂਗੇ। ਵੈਨਸ ਨੇ ਜਿਹੜੀਆਂ ਬੁਨਿਆਦੀ ਕੰਟੀਨਿਊਸ ਕਰ ਰਹੀਆਂ ਹੈਗੀਆਂ ਨੇ ਅਤੇ ਇਸ ਤੋਂ ਇਲਾਵਾ ਅਸੀਂ ਫੋਗਿੰਗ ਕਰਵਾ ਚੁੱਕੇ ਹਾਂ ਸਾਰੇ ਸ਼ਹਿਰ ਦੀ ਅਤੇ ਹੁਣ ਸ਼ਹਿਰ ਵਾਸੀਆਂ ਦੀ ਡਿਮਾਂਡ ਵੀ ਹੈ ਅਤੇ ਵੀ ਸਪਰੇ ਕਰਵਾਈ ਜਾਵੇ। ਅਸੀਂ ਸੋਡੀਅਮ ਹਾਈਪੋਕਲਾਈਟ ਦੀ ਸਪਰੇ ਪਿਛਲੇ 3 ਦਿਨ ਤੋਂ ਕਰ ਰਹੇ ਹਾਂਗੇ। ਸਾਰੇ ਪਾਰਕਸ ਨੇ, ਓਪਨ ਏਅਰ ਜਿਮਸ ਨੇ, ਕੁਛ ਪਬਲਿਕ ਬਿਲਡਿੰਗਸ ਨੇ ਲਾਈਕ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ, ਡਿਸਟ੍ਰਿਕਟ ਕੋਰਟਸ, ਬੱਸ ਸਟੈਂਡ, ਇਹਨਾਂ ਦੀ ਸਾਰਿਆਂ ਦੀ ਅਸੀਂ ਸਪਰੇ ਕਰਵਾ ਚੁੱਕੇ ਹਾਂਗੇ। ਇਸ ਤੋਂ ਇਲਾਵਾ ਕੱਲ੍ਹ ਰਾਤੀ ਅਸੀਂ ਜਿਹੜੇ ATMs ਹੈਗੇ ਆ ਸ਼ਹਿਰ ਦੇ ਵਿੱਚ ਉਹਨਾਂ ਦੀ ਵੀ ਸਪਰੇ ਕਰਵਾਈ ਹੈਗੀ ਹੈ। ਅੱਜ ਮੈਂ 5,000 ਲੀਟਰ ਜਿਹੜੀ ਹੈਗੀ ਆ ਸੋਡੀਅਮ ਹਾਈਪੋਕਲਾਈਟ ਪਰਚੇਜ਼ ਕਰਨ ਦਾ ਆਰਡਰ ਦਿੱਤਾ ਹੈਗਾ, ਇਹ ਹੋਪਫੁਲੀ ਕੱਲ੍ਹ ਸਾਡੇ ਕੋਲ ਆ ਜਾਏਗੀ ਅਤੇ ਅਸੀਂ ਸਾਰੇ ਸ਼ਹਿਰ ਦੀ ਹੀ ਫੋਗਿੰਗ ਦਾ ਡਿਸੀਜਨ ਕੀਤਾ ਹੈਗਾ। ਅੱਜ ਸਾਡੇ ਵੱਲੋਂ ਜਿਹੜੇ ਸ਼ਹਿਰ ਦੇ ਜਿਹੜੇ ਜਿਹੜੇ ਸੈਕਟਰਾਂ ਦੇ ਵਿੱਚ ਕਰੋਨਾ ਦੇ ਕੇਸ ਪਾਏ ਗਏ ਆ ਉਹਨਾਂ ਦੀ ਸਪਰੇ ਕਰਵਾਈ ਜਾਏਗੀ। 3A ਫੇਜ਼ 3 ਨੇ, ਫੇਜ਼ 5, ਫੇਜ਼ 7, 69 ਸੈਕਟਰ, ਇਹਨਾਂ ਨੂੰ ਪ੍ਰਾਇਰਟੀ 'ਤੇ ਕਰ ਰਹੇ ਹਾਂ। ਬਾਕੀ ਸਾਰੇ ਸ਼ਹਿਰ ਦੀ ਜਿਹੜੀ ਹੈਗੀ ਹੈ ਆਪਣਾ ਸ਼ਡਿਊਲ ਵਾਈਜ਼ ਫੋਗਿੰਗ ਕਰਵਾਈ ਜਾਏਗੀ। ਮੋਹਾਲੀ ਤੋਂ ਸਕਾਈ ਹੱਕ ਟਾਈਮਜ਼ ਦੀ ਰਿਪੋਰਟ।